ਜੇ ਤੁਸੀਂ ਕੁੜੀਆਂ ਨੂੰ ਕਹਿੰਦੇ ਹੋ ਜਦੋਂ ਉਹਨਾਂ ਨੂੰ ਆਹ ਗਾਲਾਂ ਸੁਣਨ ਨੂੰ ਮਿਲਦੀਆਂ, ਤੁਸੀਂ ਕੁੜੀਆਂ ਨੂੰ ਕਹਿੰਦੇ ਹੋ ਇਗਨੋਰ, ਤਾਂ ਇਹਦਾ ਮਤਲਬ ਆਹੀ ਹੈ ਕਿ ਤੁਸੀਂ ਉਹ ਜਿਹੜੀ ਗਾਲਾਂ ਕੱਢ ਰਹੇ ਨੇ ਉਹਨਾਂ ਨੂੰ ਕਹਿ ਰਹੇ ਹੋ ਕੰਟੀਨਿਊ। ਤਾਂ ਮੈਂ ਤਾਂ ਜੀ ਛੋਟੇ ਹੁੰਦੇ ਆਪਣੀ ਕੁੜੀਆਂ ਨੂੰ ਸਮਝਾ ਦੂੰਗੀ ਕਿ ਦਿਸ ਇਜ਼ ਅ ਪਾਰਟ ਆਫ ਲਾਈਫ, ਨੋਬਡੀ ਵਾਂਟਸ ਟੂ ਚੇਂਜ, ਕੋਈ ਚੇਂਜ ਨਹੀਂ ਹੋਣਾ ਚਾਹੁੰਦਾ, ਸਾਰੇ ਬਸ ਉਹੀ ਫੋਲੋ ਕਰਨਾ ਚਾਹੁੰਦੇ ਆ ਕਿ ਕੁੜੀਆਂ ਨੂੰ ਕਹੋ ਇਗਨੋਰ, ਸਿਰ ਟੱਕੋ, ਘਰਾਂ 'ਚ ਰਹੋ, ਇੱਥੇ ਨਾ ਜਾਓ, ਉੱਥੇ ਨਾ ਜਾਓ, ਆ ਨਾ ਪਾਓ, ਆ ਨਾ ਕਰੋ, ਕਿਉਂਕਿ ਚੋਰ ਕਿਸੇ ਨੇ ਫੜਿਆ ਹੀ ਨਹੀਂ। ਇੱਕ ਵੀਡੀਓ ਪਿਛਲੇ ਦਿਨਾਂ 'ਚ ਵਾਇਰਲ ਹੋਈ ਸੀ ਕਾਫੀ, ਵੀ ਚੋਰ ਤਾਂ ਕਿਸੇ ਨੇ ਫੜਿਆ ਹੀ ਨਹੀਂ। ਇੱਕ ਮੈਟਾਫੋਰ ਯੂਜ਼ ਕੀਤਾ ਸੀਗਾ ਉਸ ਚੀਜ਼ ਲਈ ਜੋ ਕੁੜੀਆਂ ਨੂੰ ਅਬਿਊਜ਼ਿਵ ਵਰਡਸ ਉਹਨਾਂ ਦੇ ਲਈ ਵਰਤੇ ਜਾਂਦੇ ਨੇ, ਅਤੇ ਉਹ ਵੀਡੀਓ ਬਣਾਈ ਸੀਗੀ ਇੱਕ ਕੁੜੀ ਮੁਸਕਾਨ ਜਟਾਨਾ ਨੇ, ਮੂਜ਼ ਜਟਾਨਾ। ਅਤੇ ਮੂਜ਼ ਅੱਜ ਮੇਰੇ ਨਾਲ ਹੈ। ਮੂਜ਼, ਸਵਾਗਤ ਹੈ ਤੁਹਾਡਾ BBC ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਅੱਛਾ, ਇਹ ਦੱਸੋ ਵੀ ਇਹ ਚੋਰ ਵਾਲੀ ਵੀਡੀਓ ਪਿੱਛੇ ਕਹਾਣੀ ਕੀ ਸੀ? ਕਹਾਣੀ ਇਹ ਸੀ ਕਿ ਇਹ ਵਾਜ ਐਕਚੁਅਲੀ ਮੈਨੂੰ, ਮੈਂ ਲਾਈਵ ਸੀਗੀ, ਜਿਵੇਂ ਆਪਾਂ ਆਨਲਾਈਨ ਲਾਈਵ ਜਾਈਦਾ, ਤੇ ਉਦੋਂ ਮੈਨੂੰ ਜਦੋਂ ਕੋਈ ਕੁਛ ਕਹਿੰਦਾ ਹੈ, ਕੁਛ ਗਲਤ ਕਹਿੰਦਾ, ਤਾਂ ਮੈਂ ਸਿੱਧਾ ਜਵਾਬ ਦੇ ਦਿੰਦੀ ਹੁੰਦੀ ਹਾਂ। ਮੈਨੂੰ ਇੰਨਾ ਕੋਈ ਫਰਕ ਨਹੀਂ ਪੈਂਦਾ ਕਿ ਉਹਨੇ, ਚਲੋ ਮੈਨੂੰ ਕੁਛ ਕਿਹਾ ਜਾਂ ਮੈਨੂੰ, ਹੈ ਨਾ। ਬਟ ਗੱਲ ਇਹ ਹੈ ਕਿ ਜਦੋਂ ਉਹਨੇ ਕਿਹਾ, ਤੇ ਜਿਹੜੇ ਮੇਰੇ ਲੋਕ ਦੇਖ ਰਹੇ ਸੀਗੇ ਉਹ ਮੈਨੂੰ ਕਹਿਣ ਲੱਗ ਗਏ ਸਿੱਧਾ ਹੀ, ਕਹਿੰਦੇ ਮੂਸ ਇਗਨੋਰ ਕਰ, ਤੂੰ ਆ ਪੜ੍ਹੀ ਨਾ, ਹੈ ਨਾ। ਮੈਂ ਕਿਹਾ ਉਹ ਵਾਓ, ਮੈਂ ਕਿਹਾ ਉਹ ਬੰਦਾ ਵੀ ਇੱਥੇ ਹੈ, ਤੁਸੀਂ ਵੀ ਇੱਥੇ ਹੋ, ਤੁਸੀਂ ਜਿੰਨੀ ਐਨਰਜੀ ਮੇਰੇ ਵੱਲ ਡਾਇਵਰਟ ਕਰ ਰਹੇ ਹੋ ਕਿ ਤੂੰ ਕੁਛ ਨਾ ਕਹਿ, ਉਹੀ ਐਨਰਜੀ ਤੁਸੀਂ ਉਹਦੇ ਵੱਲ ਵੀ, ਤੁਸੀਂ ਉਹਨੂੰ ਵੀ ਕਹਿ ਸਕਦੇ ਸੀਗੇ ਕਿ ਤੂੰ ਇੱਥੋਂ ਜਾ ਜਾਂ ਤੂੰ ਐਂ ਨਾ ਕਹਿ, ਹੈ ਨਾ। ਕਿਉਂਕਿ ਚਲੋ ਮੈਨੂੰ ਤਾਂ ਹੁਣ ਆਦਤ ਹੋ ਗਈ, ਮੈਨੂੰ, ਮੈਂ ਇੰਨੀ ਸਟਰੋਂਗ ਹੈਗੀ ਹਾਂ ਕਿ ਮੈਂ ਸੰਭਾਲ ਸਕਦੀ ਹਾਂ। ਬਟ ਜੇ ਕਿਤੇ ਕੋਈ ਛੋਟੀ ਕੁੜੀ ਹੁੰਦੀ, ਅਬਿਊਜ਼ਰ ਨੂੰ ਕੁਛ ਕਹਿੰਦੇ ਹੀ ਨਹੀਂ, ਬਿਕੋਜ਼ ਆਪਾਂ ਨੂੰ ਲੱਗਦਾ ਚੱਲ ਕੋਈ ਨਾ, ਬਟ ਉਹ ਚੱਲ ਕੋਈ ਨਾ ਫਿਰ ਅੱਗੇ ਜਾ ਕੇ ਕਾਫੀ ਪ੍ਰੋਬਲਮਸ ਕ੍ਰੀਏਟ ਕਰਦਾ, ਆਈ ਥਿੰਕ। ਤਾਂ ਤੁਸੀਂ ਸੋਸ਼ਲ ਮੀਡੀਆ ਜਿਵੇਂ ਆਮ ਟੀਨੇਜਰ ਸ਼ੁਰੂ ਕਰਦੇ ਆ ਉਸੇ ਤਰੀਕੇ ਹੀ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ, ਟਿਕਟੋਕ ਤੇ ਵੀਡੀਓਜ਼ ਵਗੈਰਾ ਪਾਉਣਾ, ਹੈ ਨਾ। ਤੇ ਫਿਰ ਤੁਹਾਨੂੰ ਇਹ ਕਿਵੇਂ ਲੱਗਿਆ ਵੀ ਤੁਹਾਨੂੰ ਕੁੜੀਆਂ ਦੇ ਹੱਕਾਂ ਬਾਰੇ ਸੋਸ਼ਲ ਮੀਡੀਆ ਤੇ ਗੱਲ ਕਰਨੀ ਚਾਹੀਦੀ ਆ? ਸੋਸ਼ਲ ਮੀਡੀਆ ਕੀ ਸੀਗਾ ਕਿ ਮੇਰੇ ਕੋਲ ਐਕਚੁਅਲੀ ਟਿਕਟੋਕ ਤੋਂ ਪਹਿਲਾਂ ਜ਼ਿਆਦਾ ਸੋਸ਼ਲ ਮੀਡੀਆ ਸੀਗਾ ਹੀ ਨਹੀਂ, ਸਿਰਫ ਫੇਸਬੁੱਕ ਤੱਕ ਸੀਗਾ। ਬਟ ਜਿਵੇਂ ਇੰਸਟਾਗ੍ਰਾਮ ਵੀ ਮੈਂ ਬੰਦ ਕੀਤਾ ਹੋਇਆ ਸੀਗਾ, ਬਿਕੋਜ਼ ਆਪਾਂ ਨੂੰ ਆਦਤ ਪੈ ਜਾਂਦੀ ਹੈ ਲੋਕਾਂ ਦਾ ਅੱਛਾ ਸੁਣਨਾ, ਆਪਾਂ ਨੂੰ ਲੱਗਦਾ ਹਾਂ ਹੁਣ ਕਮੈਂਟ ਆਏ ਤਾਂ ਹੁਣ ਠੀਕ ਹੈ। ਬਟ ਇਹ ਆਦਤ ਤੋਂ ਮੈਂ ਛੁੱਟਣਾ ਚਾਹੁੰਦੀ ਸੀ ਤੇ ਮੈਂ ਬੰਦ ਕਰਤਾ ਸੀਗਾ ਇੰਸਟਾਗ੍ਰਾਮ ਵਗੈਰਾ। ਉਹਦੇ ਬਾਅਦ ਮੇਰੀ ਨਾ ਭੈਣ ਹੈ ਇੱਕ, ਆਈ ਹੈਵ ਅ ਸਿਸਟਰ, ਸ਼ੀ ਇਜ਼ 14, ਉਹ ਜ਼ਿਆਦਾ ਟਿਕਟੋਕ ਯੂਜ਼ ਕਰ ਰਹੀ ਸੀ, ਤੇ ਉਹ ਮੈਨੂੰ ਕਹੀ ਜਾਵੇ, ਕਹਿੰਦੀ ਤੁਸੀਂ ਵੀਡੀਓ ਬਣਾਓ, ਤੁਸੀਂ ਵੀਡੀਓ ਬਣਾਓ, ਹੈ ਨਾ। ਤੇ ਫਿਰ ਅਸੀਂ ਘੁੰਮਣ ਗਏ ਸੀ, ਚਲ ਮੈਂ ਇੱਕ ਬਣਾ ਹੀ ਲੈਂਦੀ ਹਾਂ। ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ, ਆਏ ਹਾਏ ਕੰਨ ਕਰੀ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ। ਜ਼ਿਆਦਾਤਰ ਮੈਂ ਉਹਦੇ ਲਈ ਬਣਾਈ ਸੀਗੀ, ਚਲੋ ਉਹ ਸਟਾਰਟ ਹੋਇਆ, ਵਿਊਜ਼ ਆਏ, ਠੀਕ ਹੈ। ਬਟ ਕਈ ਗੱਲਾਂ ਗਲਤ ਵੀ ਆਈਆਂ, ਹੈ ਨਾ। ਮਤਲਬ ਆਈ ਵਾਜ਼ ਲਾਈਕ ਕਿ ਤੁਸੀਂ ਕਿਸ ਬੇਸਿਸ ਤੇ ਕਹਿ ਰਹੇ ਹੋ ਜੋ ਮੈਨੂੰ ਚੀਜ਼ਾਂ ਕਹਿ ਰਹੇ ਸੀ ਲੋਕ, ਹੈ ਨਾ। ਫਿਰ ਮੈਨੂੰ ਯਾਦ ਲੱਗਿਆ, ਮੈਂ ਕਿਹਾ ਜੇ ਮੇਰੀ ਸਿਸਟਰ ਕਿਤੇ ਬਣਾ ਰਹੀ ਹੁੰਦੀ, ਬਿਕੋਜ਼ ਉਹ ਵੀ ਪੰਜਾਬੀ ਹੈ, ਜੇ ਕਿਤੇ ਮੇਰੀ ਸਿਸਟਰ ਬਣਾ ਰਹੀ ਹੁੰਦੀ ਤਾਂ ਉਹਨੂੰ ਵੀ ਆਹੀ ਗੱਲਾਂ ਸੁਣਨ ਨੂੰ ਮਿਲਦੀਆਂ। ਐਂਡ ਉਹ ਤਾਂ 14 ਸਾਲਾਂ ਦੀ ਹੈ, ਮੈਂ ਤਾਂ ਚਲੋ ਫਿਰ ਵੀ ਕੁਛ ਦੇਖਿਆ, ਉਹਨੇ ਤਾਂ ਹਜੇ ਕੁਛ ਦੇਖਿਆ ਹੀ ਨਹੀਂ ਹੈਗਾ। ਸੋ ਜਸਟ ਬਿਕੋਜ਼ ਆਪਾਂ ਪੰਜਾਬੀ ਹਾਂ, ਆਪਾਂ ਨੂੰ ਇਹ ਗੱਲਾਂ ਜ਼ਿਆਦਾ ਸੁਣਨ ਨੂੰ ਮਿਲਦੀਆਂ, ਬਿਕੋਜ਼ ਮੈਂ ਟਿਕਟੋਕ 'ਤੇ ਦੇਖਿਆ ਤੇ ਪੂਰੀ ਦੁਨੀਆ ਨੱਚਦੀ ਹੈ, ਪੂਰੀ ਦੁਨੀਆ ਤਿਆਰ ਹੁੰਦੀ ਹੈ। ਜਦੋਂ ਤੱਕ ਤੁਹਾਨੂੰ, ਜੇ ਤੁਸੀਂ ਔਰਤ ਹੋ ਤੇ ਤੁਹਾਨੂੰ ਪੰਜਾਬੀ ਬੋਲਣੀ ਆਉਂਦੀ ਹੈ ਤਾਂ ਤੁਹਾਨੂੰ ਕਾਫੀ ਕੁਛ ਸੁਣਨ ਨੂੰ ਮਿਲੂਗਾ ਤੁਹਾਡੇ ਕੈਰੇਕਟਰ ਤੇ, ਯੂ ਨੋ, ਤੁਹਾਡੇ ਕੱਪੜੇ ਪਾਉਣ ਤੇ ਜਾਂ ਤੁਹਾਡੇ ਬੋਲਣ ਤੇ। ਤੇ ਐਂਡ ਆਈ ਜਸਟ, ਆਈ ਡਿਡਨਟ ਵਾਂਟ ਕਿ ਮੇਰੀ ਸਿਸਟਰ ਨਾਲ ਇਹ ਹੋਵੇ, ਕਿ ਉਹ ਤਾਂ ਹਜੇ ਚਲੋ ਫਿਰ ਵੀ ਛੋਟੀ ਹੈ ਤੇ ਮੇਰੇ ਕੋਲ ਆਵਾਜ਼ ਹੈਗੀ ਹੈ ਤੇ ਮੈਂ ਕੁਛ ਉਹਦੇ ਲਈ ਇਨਵਾਇਰਮੈਂਟ ਠੀਕ ਕਰ ਪਾਵਾਂ। ਜ਼ਿਆਦਾਤਰ
ਇਸ ਲਈ ਸਟਾਰਟ ਕੀਤਾ ਸੀ। ਬਹੁਤ ਸਾਰੇ ਲੋਕ ਜੋ ਤੁਸੀਂ ਬੋਲਦੇ ਉਹਨੂੰ ਪਸੰਦ ਕਰਦੇ ਨੇ ਤੇ ਕਈ ਲੋਕੀ ਕ੍ਰਿਟੀਸਾਈਜ਼ ਕਰਦੇ ਆ, ਤੇ 19 ਸਾਲ ਦੀ ਕੁੜੀ ਇੰਨਾ ਕ੍ਰਿਟੀਸਿਜ਼ਮ ਕਿਵੇਂ ਚੱਲਦੀ ਹੈ, ਤੇ ਜਦੋਂ ਤਾਰੀਫ ਵੀ ਹੁੰਦੀ ਹੈ ਤਾਂ ਉਹਨੂੰ ਕਿਵੇਂ ਰਹਿੰਦੀ ਹੈ? ਕ੍ਰਿਟੀਸਿਜ਼ਮ ਪਤਾ ਕੀ ਹੈ, ਇਟਸ ਆਮ ਵੈਰੀ ਕੌਨਫੀਡੈਂਟ ਇਨ ਵਾਟ ਆਮ ਸੇਇੰਗ, ਚਾਹੇ ਜੋ ਮੈਂ ਕਵਾਂ ਗਲਤ ਵੀ ਹੋਵੇ ਉਹ ਵੀ ਕਹਿਣਾ ਪੈਣਾ ਹੈ, ਕਿਉਂਕਿ ਜੇ ਮੈਂ ਕੁਛ ਕਵਾਂ ਹੀ ਨਾ ਤਾਂ ਮੈਂ ਸਿੱਖੂੰਗੀ ਕਿਵੇਂ। ਜਿਵੇਂ ਇੱਕ ਦੋ ਵਾਰੀ ਮੈਂ ਇਹੋ ਜਿਹੀ ਚੀਜ਼ਾਂ ਕਹੀਆਂ ਜੀ ਲੋਕਾਂ ਨੇ ਮੈਨੂੰ ਵਾਪਸ ਆ ਕੇ ਕਿਹਾ ਕਿ ਆਹ ਤੂੰ ਗਲਤ ਕਿਹਾ ਕਿ ਐਕਚੁਅਲ 'ਚ ਇਹ ਹੈ, ਹੈ ਨਾ। ਆਮ ਲਾਈਕ ਓਕੇ, ਮੈਨੂੰ ਨਹੀਂ ਪਤਾ ਸੀ ਪਰ ਹੁਣ ਪਤਾ, ਸੋ ਥੈਂਕ ਯੂ। ਜਿਹੜੀ ਜਿਵੇਂ ਮੈਂ ਵੀਡੀਓ ਬਣਾਈ ਸੀ ਚੋਰ ਤਾਂ ਕਿਸੇ ਨੇ ਪੜਿਆ ਨਹੀਂ, ਇਹ ਤੋਂ ਬਾਅਦ ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਤੂੰ ਕਹਿ ਰਹੀ ਹੈ ਕਿ ਅਸੀਂ ਆਪਣੇ ਹੱਕ ਲਈ ਬੋਲੀਏ, ਬਟ ਜਦੋਂ ਆਪਾਂ ਕਿ ਤੂੰ ਤਾਂ ਬਾਹਰ ਬੈਠੀ ਬੋਲ ਰਹੀ ਹੈ, ਹੈ ਨਾ। ਮੈਂ ਕਿਹਾ ਬਿਲਕੁਲ ਸਹੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮੈਂ ਬਾਹਰ ਬੈਠੀ ਬੋਲ ਰਹੀ ਹਾਂ ਤੇ ਮੇਰੇ ਲਈ ਇੱਥੇ ਈਜ਼ੀਅਰ ਹੈ, ਹੈ ਨਾ। ਜਿਹੜਾ ਮੇਰਾ ਗੋਲ ਹੈ with the people that are my age, yeah, with women in India, is that little by little apa bas stronger hoye. Zaruri nahi ki har kisi ne ja ke ladna hai jo ne kehta ya har kisi ne ja ke behas do. Tusi aaj di generation nu represent karde ho, to hade layi ki definition hai feminism di? It's inclusion. We want to be included. Jinne bhi saal hoye ne, jo bhi ladaiyan ladiyan, oho conclusion ikki hai ki sanu include karo, chahe oho kam ch hove, ਚਾਹੇ ਉਹ ਕਨਵਰਸੇਸ਼ਨ 'ਚ ਹੋਵੇ, ਚਾਹੇ ਉਹ ਟੇਬਲ 'ਤੇ ਹੋਵੇ। ਯੂ ਨੋ, ਵੋਟ ਮਿਲਣ ਤੋਂ ਬਾਅਦ ਵੀ ਆਹੀ ਕਹਿੰਦੇ ਸੀਗੇ ਕਿ ਤੁਹਾਨੂੰ ਇਕੁਆਲਿਟੀ ਮਿਲ ਗਈ ਹੈ, ਬਟ ਉਹ ਤੋਂ ਬਾਅਦ ਵੀ ਤਾਂ ਕਿੰਨੀਆਂ ਲੜਾਈਆਂ ਲੜੀਆਂ ਨਾ ਆਪਾਂ। ਤੁਹਾਡੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਨਾ ਦੋ ਵਰਡਸ ਨੇ, ਇੱਕ ਤਾਂ ਹੈਗਾ ਕ੍ਰਾਂਤੀਕਾਰੀ, ਇੱਕ ਸੰਸਕਾਰੀ ਸ਼ਿਕਾਰੀ, ਅਤੇ ਟਿਕਟੋਕ 'ਤੇ ਮੂਸੇਵਾਲੀ। ਮੂਸੇਵਾਲੀ, ਸਿੱਧੂ ਮੂਸੇਵਾਲਾ ਪਸੰਦ ਹੈ? ਮੈਨੂੰ ਬਹੁਤ ਗਾਲਾਂ ਮਿਲਦੀ ਹੈ ਇਸ 'ਤੇ, ਤੂੰ ਸਿੱਧੂ ਮੂਸੇਵਾਲਾ ਦਾ ਨਾਂ ਯੂਜ਼ ਕੀਤਾ, ਤੂੰ ਹੈ ਕੌਣ ਯਾਰ। ਗੱਲ ਪਤਾ ਕੀ ਹੈ, ਮੇਰਾ ਨਾਮ ਮੂਸ ਤੋਂ ਪਹਿਲਾਂ ਤੋਂ ਹੀ ਸੀਗਾ, ਪਰ ਜਦੋਂ ਮੈਂ ਟਿਕਟੋਕ ਸਟਾਰਟ ਕੀਤਾ ਮੈਂ ਮੈਂ ਨਾਮ ਕੀ ਰੱਖਾ, ਹੈ ਨਾ, ਕਿ ਇਹ ਬਾਲਾਂ ਨਾਲ ਮੈਂ ਇੰਨੀ ਜਿਵੇਂ ਜਿਵੇਂ ਵੀਡੀਓਜ਼ ਪਾਈਆਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਐਕਚੁਅਲ 'ਚ ਮੇਰੇ 'ਚ ਕਿੰਨਾ ਪੰਜਾਬੀ ਖੂਨ ਭਰਿਆ ਹੈ। ਫਿਰ ਮੈਂ ਕਿਹਾ ਕੁਛ ਪੰਜਾਬ ਨਾਲ ਟੱਚ ਕਰਨਾ ਪੈਣਾ, ਹੈ ਨਾ। ਫਿਰ ਯਾਰ ਸਿੱਧੂ ਮੂਸੇਵਾਲਾ, ਆਈ ਥਿੰਕ ਹੀ ਇਜ਼ ਗ੍ਰੇਟ, ਆਈ ਥਿੰਕ ਹੀ ਇਜ਼ ਵੈਰੀ ਇੰਸਪਾਇਰਿੰਗ, ਮੈਨੂੰ ਤਾਂ ਇੰਸਪਾਇਰ ਕਰਦਾ ਹੈ। ਅਤੇ ਹਾਂ ਚਲੋ ਠੀਕ ਹੈ, ਮੈਂ ਅੱਧਾ ਮੂਸੇਵਾਲੇ ਦੇ ਕਰਕੇ, ਅੱਧਾ ਬਿਕੋਜ਼ ਮੇਰਾ ਨਾਮ ਸੀਗਾ। ਸਿੱਧੂ ਮੂਸੇਵਾਲੇ ਕਾਫੀ ਕੰਟਰੋਵਰਸੀ 'ਚ ਚੱਲ ਰਿਹਾ, ਪੁਲਿਸ ਕੇਸ ਵੀ ਪਿਆ ਹੋਇਆ। ਤੇ ਹਾਂ ਉੱਥੋਂ ਗਲਤ ਹੈ, ਜਿਵੇਂ ਲੋਕ ਗਏ ਯਾਰ ਉਹਦੇ ਫੈਨ ਜੀ ਬੜੇ ਫਨੀ ਨੇ, ਨਹੀਂ ਨਹੀਂ ਕੁਛ ਗਲਤ, ਜਿੱਥੇ ਬੰਦਾ ਗਲਤ ਹੈ ਗਲਤ ਹੈ, ਉਹ ਕਿਹੜਾ ਰੱਬ ਹੈ? ਉਹਨੂੰ ਤੁਸੀਂ ਇਹ ਸਮਝਿਆ ਹੋਇਆ ਕਿ ਕੁਛ ਗਲਤੀ ਨਹੀਂ ਕਰ ਸਕਦਾ। ਇਫ ਯੂ ਆਰ ਹਿਸ ਫੈਨ, ਐਡਮਿਟਡ ਕਿ ਹਾਂ ਯਾਰ ਗਲਤੀ ਹੋ ਗਈ, ਜੋ ਹੋਇਆ ਹੋਇਆ, ਐਂਡ ਹੀ ਸ਼ੁੱਡ ਡੀਲ ਵਿਦ ਇਟ, ਹੈ ਨਾ। ਜਸਟ ਬਿਕਾਜ਼ ਆਈ ਲਾਈਕ ਹਿਮ ਡਜ਼ਨਟ ਮੀਨ ਕਿ ਮੈਂ ਅੰਧ ਭਗਤ,